ਤਰਨਤਾਰਨ ਦੇ ਪਿੰਡ ਕਦਗਿੱਲ ਤੋਂ ਵੱਡੀ ਖਬਰ ਸਾਹਮਣੇ ਆਈ ਹੈ, ਜਿੱਥੇ ਲੁਟੇਰਿਆਂ ਵੱਲੋਂ ਇੱਕ ਪੈਟਰੋਲ ਪੰਪ ਦੇ ਮਾਲਕ ਨੂੰ ਗੋਲੀਆਂ ਮਾਰ ਦਿੱਤੀਆਂ ਹਨ ਅਤੇ ਉਸ ਦਾ ਕੈਸ਼ ਲੁੱਟ ਕੇ ਫਰਾਰ ਹੋ ਗਏ। ਤੁਹਾਨੂੰ ਦੱਸ ਦਈਏ ਕਿ ਹਥਿਆਰਬੰਦ ਲੁਟੇਰੇ ਜਦੋਂ ਪੈਟਰੋਲ ਪੰਪ 'ਤੇ ਇੰਟਰ ਹੁੰਦੇ ਹਨ ਤਾਂ ਪੰਪ ਮਾਲਕ ਦੇ ਗੋਲੀਆਂ ਮਾਰ ਕੇ ਉਸ ਤੋਂ ਕੈਸ਼ ਲੁੱਟ ਕੇ ਫਰਾਰ ਹੋ ਗਏ। ਇਸ ਮੌਕੇ 'ਤੇ ਪੁਲਿਸ CCTV ਦੀ ਜਾਂਚ ਕਰਕੇ ਕਾਰਵਾਈ ਵਿੱਚ ਜੁਟੀ ਹੋਈ ਹੈ। ਇਸ ਮੌਕੇ 'ਤੇ ਮੌਜੂਦ ਲੋਕਾਂ ਦਾ ਅਤੇ ਪੰਜਾਬ ਪੁਲਿਸ ਦਾ ਕੀ ਹੈ ਕਹਿਣਾ, ਤੁਸੀਂ ਵੀ ਸੁਣੋ। ਸਭ ਤੋਂ ਅਹਿਮ ਖਬਰ, ਤਰਨ ਤਾਰਨ ਦੇ ਪਿੰਡ ਕਦਗਿੱਲ ਵਿੱਚ ਵੱਡੀ ਘਟਨਾ। ਸਰ, ਅਗਰਵਾਲ ਫਿਲਿੰਗ ਸਟੇਸ਼ਨ ਰੋਡ ਤਰਨ ਤਾਰਨ ਕਦਗਿੱਲ ਸਥਿਤ ਹੈਗਾ ਵਾ। ਇੱਥੇ ਆਪਣੇ ਡੈਡੀ ਜੀ ਇੱਥੇ ਬੈਠੇ ਹੋਏ ਸੀ, ਰੋਜ਼ ਜਿਵੇਂ ਆਉਂਦੇ ਆਏ ਹੋਏ ਸੀ। ਦੋ ਕੁਛ ਲੁਟੇਰੇ ਆਪਣੀ ਸਵਿਫਟ ਕਾਰ 'ਚ ਆਏ ਡੇ ਅਤੇ ਡੈਡੀ ਨੂੰ ਗੋਲੀ ਮਾਰ ਕੇ ਅੰਦਰੋਂ ਕੈਸ਼ ਸਾਰਾ ਲੁੱਟ ਕੇ ਲੈ ਗਏ ਆ ਜੀ। ਕਿੰਨਾ ਕੈਸ਼ ਹੋਊਗਾ ਤੁਹਾਡੇ ਸਰ? 3 to 5 lakh ਦੇ ਹਿਸਾਬ ਹੋਊਗਾ ਮੇਰੇ ਖਿਆਲ। ਤੁਹਾਡੀ ਕੋਈ ਸਿਕਿਉਰਿਟੀ ਆਪਣੀ ਨਹੀਂ ਹੈਗੀ, ਕੋਈ ਗੱਲਬਾਤ ਕਿਸ ਤਰ੍ਹਾਂ? ਨਹੀਂ ਸਰ, ਇਸ ਤਰ੍ਹਾਂ ਦੇ ਕਦੀ ਵਾਰਦਾਤ ਹੋਣ ਦੇ ਚਾਂਸਿਸ ਨਹੀਂ। ਦਿਨ ਦਿਹਾੜੇ ਦਾ ਇੱਥੇ ਰੌਣਕ ਇੰਨੀ ਰਹਿੰਦੀ ਆ, ਕਦੀ ਇਸ ਤਰ੍ਹਾਂ ਚਾਂਸ ਨੂੰ 8-7 saal ਹੋ ਗਏ ਤੁਹਾਨੂੰ ਚਲਾਉਂਦੇ ਪਾਉਣ। ਕੀ ਡਿਮਾਂਡ ਕਰਦੇ, ਕੀ ਹੋਣਾ ਚਾਹੀਦਾ? ਸਰ, ਸਿਕਿਉਰਿਟੀ ਵਧਣੀ ਚਾਹੀਦੀ ਹੈ, ਪੁਲਿਸ ਪ੍ਰਸ਼ਾਸਨ ਨੂੰ ਇਹਦੇ ਧਿਆਨ ਦੇਣਾ ਚਾਹੀਦਾ ਵਾ। ਗੱਡੀ ਨੰਬਰ ਆ ਗਿਆ ਹੋਇਆ ਵਾ, ਬੰਦਿਆਂ ਦੀ ਫੋਟੋ ਆ ਗਈ ਹੋਈ ਆ, ਰਫਲ ਆ ਗਈ ਹੋਈ ਹੱਥ 'ਚ ਉਹਨਾਂ ਦੇ, ਅਤੇ ਜੋ ਸਾਡੇ ਪਾਸੇ ਕਰ ਸਕਦੇ ਕਰੋ ਪਲੀਜ਼। ਕਿਹੜੀ ਲੋਕੇਸ਼ਨ ਆ? ਉੱਥੇ ਨਾ ਕਰੀਬ 4:45 ਕਦਗਿੱਲ ਜੰਡਿਆਲਾ ਰੋਡ ਪੁਰਾਣਾ ਜਿਹੜਾ ਜੀ, ਉੱਥੇ ਕੋਈ ਲੁੱਟ ਦੀ ਵਾਰਦਾਤ ਹੋਈ ਆ। 5 ਬੰਦਿਆਂ ਨੇ ਕੀਤਾ, ਸਵਿਫਟ ਕਾਰ 'ਤੇ ਆਏ ਸੀ, ਅਤੇ ਇਹਨੇ ਪੈਟਰੋਲ ਪੰਪ ਦੇ ਮਾਲਕ ਨੇ ਸ਼ਾਮ ਸੁੰਦਰ ਜੀ ਇਹਨਾਂ ਨੂੰ ਲੱਤ 'ਚ ਗੋਲੀ ਮਾਰ ਕੇ ਅਤੇ ਲੁੱਟ ਕਰਕੇ ਲੈ ਗਏ। ਅਮਾਊਂਟ ਅਜੇ ਕਲੀਅਰ ਨਹੀਂ, ਉਹ ਚੈੱਕ ਕਰ ਰਹੇ ਨੇ, ਚੈੱਕ ਕਰਕੇ ਬਸ। ਕਿੰਨੇ ਬੰਦੇ ਸੀ ਵਾਰਦਾਤ ਕਰਨਾ ਹੈ? 5 ਬੰਦੇ ਸੀ। ਠੀਕ ਹੈ, ਕਿਧਰ ਨੂੰ ਸਰ ਲੱਗਾ? ਇਹ ਜੰਡਿਆਲਾ ਸਾਈਡ ਨੂੰ ਗਏ ਜੀ। ਤੁਹਾਡੇ ਲੋਕ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ? ਅਸੀਂ ਸਾਰੇ ਅਲਰਟ ਕਰਵਾ ਦਿੱਤਾ, ਨਾਲ ਦੇ ਜ਼ਿਲ੍ਹਿਆਂ 'ਚ ਸਾਰੇ ਇਲਾਕੇ ਅਲਰਟ ਕਰਵਾ ਦਿੱਤੇ ਨੇ। CCTV ਫੁਟੇਜ ਲੈ ਰਹੇ ਨੇ, ਟੈਕਨੀਕਲ ਐਵੀਡੈਂਸ ਲੈ ਰਹੀ, ਇਹਨਾਂ ਨੂੰ ਲੱਭਣ ਦੀ ਕੋਸ਼ਿਸ਼।